ਪੰਜਾਬ ਚ ਕੇਂਦਰ ਸਰਕਾਰ ਦੇ ਖਿਲਾਫ ਖੇਤੀ ਆਰਡੀਨੈਂਸ ਬਿੱਲ ਦੇ ਵਿਰੋਧ ਵਿੱਚ ਧਰਨੇ ਦਿੱਤੇ ਜਾ ਰਹੇ ਨੇ। ਉੱਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾ ਨੇ ਇਹਨਾਂ ਕਾਨੂੰਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਆਰਡੀਨੈਂਸ ਬਿੱਲ ਆਉਣ ਨਾਲ ਕਿਸਾਨ ਤਬਾਹ ਹੋ ਜਾਵੇਗਾ, ਜ਼ਿੰਮੇਦਾਰ ਖਤਮ ਹੋ ਜਾਵੇਗਾ। ਉਹਨਾਂ ਮੀਡੀਆ ਸਾਹਮਣੇ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ। ਦੇਸ਼ ਦਾ 80% ਵਰਗ ਸਿੱਧੇ ਤੇ ਅਸਿੱਧੇ ਤੌਰ ਤੇ ਕਿਸਾਨ ਨਾਲ ਜੁੜਿਆ ਹੈ, ਸਭ ਪ੍ਰਭਾਵਿਤ ਹੋਵੇਗਾ। ਇਸ ਰੋਸ ਵਜੋਂ ਉਹਨਾਂ ਦੀ ਪਾਰਟੀ ਵੱਲੋਂ ਇੱਕ ਵਿਸ਼ਾਲ ਰੋਸ ਮਾਰਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੇਖਵਾ ਤੋਂ ਸ਼ੁਰੂ ਹੋ ਕੇ ਪਿੰਡਾਂ ਤੇ ਕਸਬਿਆਂ ਚ ਹੁੰਦਾ ਹੋਇਆ ਡੀਸੀ ਗੁਰਦਾਸਪੁਰ ਚ ਮੰਗ ਪੱਤਰ ਸੌਂਪੇਗਾ। ਇਸ ਮੌਕੇ ਉਹਨਾਂ ਸਮੂਹ ਕਿਸਾਨਾਂ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ ਹੈ। ਜੋ ਕਾਲੇ ਕਾਨੂੰਨ ਕਿਸਾਨੀ ਨੂੰ ਤਬਾਹ ਕਰਨ ਵਾਸਤੇ ਕੇਂਦਰ ਸਰਕਾਰ ਨੇ ਲਿਆਂਦੇ ਨੇ, ਉਹਨਾਂ ਨਾਲ ਜਿੱਥੇ ਕਿਸਾਨ ਬਰਬਾਦ ਹੋਏਗਾ ਉੱਥੇ ਪੰਜਾਬ ਵੀ ਤਬਾਹੀ ਦੇ ਕੰਢੇ 'ਤੇ ਆਣ ਖੜਾ ਹੋਏਗਾ। ਇਹਨਾਂ ਕਾਨੂੰਨਾਂ ਦੇ ਨਾਲ ਸਾਡੇ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋਏਗਾ, ਕਿਉਂਕਿ ਭਾਰਤ ਦੇਸ਼ ਦੇ 80% ਲੋਕ ਸਿੱਧੇ ਜਾਂ ਅਸਿੱਧੇ ਢੰਗ ਨਾਲ ਕਿਸਾਨੀ 'ਤੇ ਨਿਰਭਰ ਨੇ, ਅਤੇ ਜੇ ਕਿਸਾਨ ਤਬਾਹ ਹੋ ਗਿਆ ਤਾਂ ਇਹ ਦੇਸ਼ ਵੀ ਤਬਾਹ ਹੋ ਜਾਏਗਾ। ਅਸੀਂ ਇਹਨਾਂ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਰੋਸ ਮਾਰਚ ਕੱਢ ਰਹੇ ਹਾਂ। 23 ਸਤੰਬਰ ਨੂੰ ਪਿੰਡ ਸੇਖਵਾਂ ਤੋਂ ਇਹ ਰੋਸ ਮਾਰਚ ਸ਼ੁਰੂ ਹੋਏਗਾ, ਜਿਹੜਾ ਵਾਇਆ ਕਾਦੀਆਂ, ਤੁਗਲਵਾਲ, ਭੈਣੀ ਮੀਆਂ ਖਾਂ, ਚੱਕ ਸ਼ਰੀਫ, ਕਾਨੋਵਾਨ ਤੋਂ ਹੁੰਦਾ ਹੋਇਆ ਵਾਇਆ ਧਾਰੀਵਾਲ ਸ਼ਹਿਰ ਗੁਰਦਾਸਪੁਰ ਡੀਸੀ ਦਫ਼ਤਰ ਜਾ ਕੇ ਖਤਮ ਹੋਏਗਾ, ਅਤੇ ਡੀਸੀ ਗੁਰਦਾਸਪੁਰ ਨੂੰ ਅਸੀਂ ਆਪਣਾ ਮੰਗ ਪੱਤਰ ਜਿਹੜਾ ਉਹ ਸੌਂਪਾਂਗੇ। ਮੈਂ ਸਮੂਹ ਕਿਸਾਨ ਜਥੇਬੰਦੀਆਂ ਸਾਰੇ ਕਿਸਾਨਾਂ ਨੂੰ, ਸਾਰੇ ਮਜ਼ਦੂਰ ਭਰਾਵਾਂ ਨੂੰ ਅਤੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਵੋ, ਤਾਂ ਕਿ ਇਹ ਅੰਨੀ ਬੋਲੀ ਸਰਕਾਰ ਜਿਹੜੀ ਆ ਉਹਦੇ ਕੰਨ 'ਤੇ ਅੱਖਾਂ ਖੋਲੀਆਂ ਜਾ ਸਕਣ। ਮੈਂ ਆਸ ਕਰਨਾ ਕਿ ਤੁਸੀਂ ਵੱਡੀ ਗਿਣਤੀ ਵਿੱਚ ਉਸ ਦਿਨ ਸ਼ਮੂਲੀਅਤ ਕਰੋਗੇ, ਤਾਂ ਕਿ ਅਸੀਂ ਪੰਜਾਬ ਦੀ ਕਿਸਾਨੀ ਨੂੰ, ਇਸ ਦੇਸ਼ ਦੀ ਕਿਸਾਨੀ ਨੂੰ ਅਤੇ ਮਜ਼ਦੂਰਾਂ ਨੂੰ ਬਚਾ ਸਕੀਏ।